ਬੰਦਾ ਬੰਦਾ। ਅੱਛਾ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀਗੀ, ਅੱਜ ਕੱਲ੍ਹ ਤੇ ਬੱਸਾਂ ਤੇ ਸੜਕਾਂ ਬਹੁਤ ਵਧੀਆ ਹੋ ਗਈਆਂ ਨੇ, ਪਹਿਲਾਂ ਬੱਸਾਂ ਬਹੁਤ ਹਾਲਤ ਮਾੜੀ ਸੀ, ਉਦੋਂ ਤੁਹਾਡੇ ਨਾਲ ਕਿੱਦਾਂ ਦੀ ਬੀਤਦੀ ਸੀ? ਬਹੁਤ ਟਾਈਮ ਚੱਕਣਾ ਪਰ ਗੱਲ ਸੁਣਾਉਣ ਵਾਲੀ ਹੈ। ਜਦੋਂ ਮੈਂ ਨਵਾਂ ਨਵਾਂ ਹਾਲੇ ਉਹ ਕੀਤਾ, ਕੀ ਕਹਿੰਦੇ ਉਹਨੂੰ, ਜੁਆਇਨ, ਹਾਂ ਜਦੋਂ ਮੈਂ ਜੁਆਇਨ ਕੀਤਾ ਉਦੋਂ ਬੱਸਾਂ ਦੀ ਬੜੀ ਮਾੜੀ ਹਾਲਤ ਸੀ, ਪੰਜਾਬ ਦੀਆਂ ਬੱਸਾਂ ਖਾਸ ਕਰਕੇ ਲਾਰੀ ਕਹਿੰਦੇ ਹੁੰਦੇ ਸੀ। ਲੈ ਜੀ ਬੱਸ ਦੇ ਵਿੱਚ ਅਸੀਂ ਬੈਠੇ ਹਾਂ, ਹਲੇ ਗੱਡੀ ਤੁਰੀ ਹੈ, ਮੈਂ ਕਿਹਾ ਟਾਂਡਾ ਸੋਮ ਕਿਹੜੀਆਂ ਪਠਾਨਕੋਟ, ਟਾਂਡਾ ਸੋਮ ਕਿਹੜੀਆਂ ਪਠਾਨਕੋਟ, ਟਾਂਡਾ ਸੋਮ ਕਿਹੜੀਆਂ ਪਠਾਨਕੋਟ, ਲੈ ਵੀ ਭਾਈ ਸਾਹਿਬ ਆ ਜਾਓ ਵੀ, ਆ ਜੀ ਬੜੇ ਚੱਲੀ ਬੱਸ, ਚੱਲ ਵੀ ਪੁੱਟਿਆ ਚੱਲੀਏ, ਹਲੇ ਤੁਰੀ ਆ ਕੈਂਟ ਜਾ ਕੇ ਬੱਸ ਭੱਗ ਗਈ, ਪਾਣੀ ਪਾਇਆ ਤੇ ਗੱਡੀ ਕੀਤੀ ਸਟਾਰਟ। ਮੈਂ ਚੱਲ ਵੀ ਟਾਂਡਾ ਸਵਾਮ ਗਿਰੇ ਪਠਾਨਕੋਟ ਰਾਜ ਸਵਾਰੀ ਕੋਈ ਨਾ ਹੋਵੇ, ਫਿਰ ਤੁਰੇ ਹਾਲੇ, ਅੱਛਾ ਹਲੇ ਭੋਗਪੁਰ ਨਹੀਂ ਪਹੁੰਚੇ, ਪਠਾਨਕੋਟ ਚੌਂਕ ਟੱਪਾ ਹੀ ਆ, ਗੱਡੀ ਫਿਰ ਭੱਗ ਗਈ, ਫਿਰ ਗਰਮ ਹੋ ਗਈ ਗੱਡੀ। ਫਿਰ ਸਾਹਮਣੇ ਫਿਰ ਇੱਕ ਨਲਕਾ ਸੀ, ਸ਼ੁਕਰ ਪਰਮਾਤਮਾ ਦਾ, ਰੱਬ ਦਾ ਸ਼ੁਕਰ ਕੀਤਾ, ਮੈਂ ਆ ਕੇ ਜਾ ਕੇ ਕਹਿੰਦੀ ਚੱਕੀ ਕਹਿੰਦੀ ਹੈਂਡ ਪੰਪ ਤੋਂ ਨਲਕੇ ਤੋਂ ਭਰੀ ਹੈ, ਭਰ ਕੇ ਜਾ ਕੇ ਰੇਡੀਏਟਰ ਚ ਪਾਤੀ, ਅੱਛਾ ਫਿਰ ਗੱਡੀ ਸਟਾਰਟ। ਮੈਂ ਕਿਹਾ ਚੱਲ ਵੀ ਹੁਣ ਸਿੱਧਾ ਪਠਾਨਕੋਟ ਰੋਡ ਨਹੀਂ, ਰਸਤੇ ਕਿਤੇ ਸਵਾਰੀ ਨਹੀਂ ਰੁਕਣੀ, ਬਹੁਤ ਲੇਟ ਹੋ ਗਈ ਸਵਾਰੀ, ਭੋਗਪੁਰ ਟੱਪੇ ਹੀ ਆਲੇ, ਅੱਛਾ ਗੱਡੀ ਫਿਰ ਭੱਗ ਗਈ, ਅੱਛਾ ਮੈਂ ਕਹਿੰਦੀ ਚੁੱਕੀ ਹੈ, ਅੱਛਾ ਕਹਿੰਦੀ ਚੁੱਕ ਕੇ ਜਾ ਕੇ ਪਾਣੀ ਭਰਿਆ, ਪਾਣੀ ਆ ਗਿਆ ਪਾਇਆ ਰੇਡੀਏਟਰ, ਗੱਡੀ ਫਿਰ ਸਟਾਰਟ ਹੋ ਗਈ, ਚੱਲ ਵੀ ਟਾਂਡਾ ਸੁਆਮ ਕਿਹੜੀਆਂ ਪਠਾਨਕੋਟ ਬਈ, ਇੱਕ ਵਿੱਚ ਭਾਈਆ ਬੈਠਾ ਸੀ, ਵੇ ਕੰਡਕਟਰ ਤੇਰੀ ਬੱਸ ਕਿੰਨੇ ਕੁ ਦੀ ਹੋਣੀ ਹੈ? ਮੈਂ ਕਿਹਾ ਭਾਈਆ 6-7 ਲੱਖ ਦੀ ਹੋਣੀ ਹੈ, ਜਿੱਥੇ 6-7 ਲੱਖ ਬੱਸ ਤੇ ਲਾਇਆ, 6-7 ਹਜ਼ਾਰ ਹੋਰ ਲਾਓ ਨਲਕਾ ਵਿੱਚ ਹੀ ਲਵਾ ਲਓ।